ਐਬਸੋਲਿਊਟ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਇੱਕ ਵਾਰ ਫੇਰ ਤੇ ਆਪਾਂ ਪਿਛਲੇ ਸੈਗਮੈਂਟ ਦੇ ਵਿੱਚ ਗੱਲ ਕੀਤੀ ਸੀ ਸੰਸੂ ਤੇ ਜੁੱਧ ਦੀ ਖਲਾਅ ਤੇ ਤੇ ਇਹ ਚੌਥਾ ਹਿੱਸਾ ਆ ਜਿਹੜਾ ਆਪਾਂ ਅੱਜ ਜਿਹਦੇ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਤੇ ਪੰਜ ਜਿਹੜੇ ਜ਼ਰੂਰੀ ਚੀਜ਼ਾਂ ਆਪਾਂ ਪਿਛਲੇ ਸੈਗਮੈਂਟ ਦੇ ਵਿੱਚ ਅਖੀਰ ਤੇ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਕਿ ਜਿਹੜੀਆਂ ਬਹੁਤ ਜ਼ਰੂਰੀ ਹਨ ਤੇ ਸੰਸੂ ਦਾ ਕਹਿਣਾ ਹੈ ਕਿ ਜੇ ਇਹ ਪੰਜੇ ਜਿਹੜੇ ਡਿਪਾਰਟਮੈਂਟ ਜਾਂ ਪੰਜ ਜਿਹੜੇ ਵਿਭਾਗ ਆ ਉਹਨਾਂ ਦੇ ਜਿਹੜੇ ਚਲਾਉਣ ਵਾਲੇ ਦੇਖਰੇ ਕਰਨ ਵਾਲੇ ਆ ਜੇ ਉਹ ਚੰਗੀ ਤਰ੍ਹਾਂ ਉਹਨਾਂ ਚੀਜ਼ਾਂ ਤੇ ਸਾਰਾ ਕੁਝ ਜਾਣੂ ਆ ਤੇ ਉਹ ਉਹਦੇ ਤੇ ਅਮਲ ਕਰਦੇ ਆ ਤੇ ਜ਼ਰੂਰੀ ਆ ਕਿ ਉਹਨਾਂ ਦੀ ਜਿੱਤ ਹੋਵੇਗੀ ਜੇ ਉਹ ਪੰਜਾਂ ਤੇ ਅਸਰ ਨਹੀਂ ਕਰਦੇ ਉਹਦਾ ਪੂਰਾ ਨਰੀਖਣ ਨਹੀਂ ਕਰਦੇ ਤੇ ਅਮਲ ਨਹੀਂ ਕਰਦੇ ਤੇ ਜ਼ਰੂਰੀ ਆ ਕਿ ਉਹਨਾਂ ਦੀ ਹਾਰ ਹੋਵੇਗੀ ਤੇ ਇਹਦੇ ਤੋਂ ਅਗਲਾ ਜਿਹੜਾ ਆਪਾਂ ਡਿਸਕਸ ਕਰਨਾ ਆ ਉਹ ਇਸ ਲਈ ਆ ਕਿ ਜਦੋਂ ਆ ਕਿਸੇ ਵੀ ਬਿਜ਼ਨਸ ਦੇ ਵਿੱਚ ਜਾਂ ਲੜਾਈ ਦੇ ਵਿੱਚ ਆਪਾਂ ਕਿਸੇ ਦੀ ਤੁਲਨਾ ਕਰਨੀ ਆ ਕਿ ਕਿਹੜੀ ਮੌਲਕ ਦਾ ਜਾਂ ਕਿਹੜੀ ਫੌਜ ਦੀ ਜਿੱਤ ਹੋਊਗੀ ਤੇ ਇਹ ਪੰਜਾਂ ਚੀਜ਼ਾਂ ਦਾ ਇੱਕ ਦੂਜੇ ਨਾਲ ਵੀ ਜਿਹੜਾ ਉਹ ਤੁਲਨਾ ਜ਼ਰੂਰ ਕਰਨੀ ਚਾਹੀਦੀ ਆ ਕਿ ਜਿੱਦਾਂ ਆਪਾਂ ਗੱਲ ਕੀਤੀ ਸੀ ਇਸ ਸਵਾਰਗ ਜਿਹੜਾ ਉਹ ਮੌਸਮ ਜਾਂ ਦਿਨ ਰਾਤ ਜਾਂ ਧਰਤੀ ਕਿਸੇ ਤਰ੍ਹਾਂ ਦੀ ਪੀੜੀ ਆ ਜਾਂ ਖੁੱਲੀ ਆ ਜਾਂ ਉੱਚੀ ਆ ਜਾਂ ਨੀਵੀਂ ਆ ਜਾਂ ਪਹਾੜੀਆਂ ਕਿ ਦੁਸ਼ਮਣ ਲਈ ਕਿੱਦਾਂ ਦੀਆਂ ਸਾਡੇ ਪਾਸੇ ਕਿਦਾਂ ਆ ਇੱਕ ਅੱਧੀ ਮੈਂ ਤੁਹਾਨੂੰ ਮਿਸਾਲ ਵੀ ਦੇ ਦੇਣਾ ਕਿ ਜੇ ਕਿਸੇ ਮੁਲਕ ਨੇ ਹਮਲਾ ਕਰਨਾ ਤੇ ਉਧਰ ਜਿਹੜਾ ਪਲੇਨ 15 ਮੁਲਕ ਆ ਤੇ ਦੂਜੇ ਪਾਸੇ ਉੱਚੀਆਂ ਪਹਾੜੀਆਂ ਵਿੱਚ ਤੁਹਾਨੂੰ ਜਾ ਕੇ ਹਮਲਾ ਕਰਨਾ ਤੇ ਉੱਥੇ ਕਾਫੀ ਔਖਾ ਕਿਉਂਕਿ ਜਿਹੜਾ ਦੁਸ਼ਮਣ ਆ ਉਹ ਹੋ ਸਕਦਾ ਪਹਾੜੀਆਂ ਦੇ ਵਿੱਚ ਲੁੱਕ ਕੇ ਬੈਠਾ ਜਾਂ ਪਹਾੜੀਆਂ ਦੇ ਉੱਪਰ ਚੜਿਆ ਆ ਕਿ ਜਿਹੜਾ ਤੁਹਾਨੂੰ ਦਿਦਾ ਨਹੀਂ ਹੈ ਤੇ ਉਹਨਾਂ ਨੂੰ ਦਿਦਾ ਆ ਕਿ ਜਦੋਂ ਅਸੀਂ ਜਾਣਾ ਆ ਕਿ ਫੌਜ ਕਿਧਰੋਂ ਮੈਦਾਨ ਚੋਂ ਆ ਰਹੀ ਉਪਰੇ ਥਾਂ ਤੋਂ ਦੇਖ ਸਕਦੇ ਤੇ ਉਹਨਾਂ ਨੇ ਜੇ ਹਮਲਾ ਕਰਨਾ ਸਾਡੇ ਤੇ ਪਹਿਲਾਂ ਤੇ ਉਹ ਪਹਾੜੀਆਂ ਦੇ ਵਿੱਚੋਂ ਲੋਕੇ ਆ ਕੇ ਜਦੋਂ ਸਾਡੇ ਨੇੜੇ ਆਉਂਦੇ ਤਾਂ ਸਾਨੂੰ ਪਤਾ ਲੱਗਣਾ ਨਹੀਂ ਤਾਂ ਸਾਨੂੰ ਪਤਾ ਨਹੀਂ ਲੱਗਣਾ ਕਿ ਉਹ ਤਿਆਰੀ ਕਰ ਰਿਹਾ ਜੇ ਨਹੀਂ ਇਹ ਜਿਹੜੀਆਂ ਪੰਜੇ ਚੀਜ਼ਾਂ ਦੀ ਆਪਾਂ ਗੱਲਬਾਤ ਕੀਤੀ ਸੀ ਉਹ ਸਾਡੇ ਤੇ ਨਿਰਪਰ ਕਰਦੀ ਆ ਕਿ ਜਿੱਤ ਹੋਣੀ ਕਿੰਨੀ ਔਖੀ ਆ ਜਾਂ ਸੌਖੀ ਆ ਉਸ ਤੋਂ ਅਗਾਹ ਜਿਹੜੇ ਆ ਨੰਬਰ 13 ਟਾਈਟਲ ਆਉਂਦਾ ਆ ਤੇ ਉਥੋਂ ਪਹਿਲੀ ਚੀਜ਼ ਇਹ ਆ ਕਿ ਦੋਵੇਂ ਸੱਤਾਧਾਰੀਆਂ ਦੇ ਵਿੱਚੋਂ ਦੇਖਣਾ ਸત્તાਧਾਰੀ ਦਾ ਮਤਲਬ ਇਹ ਹੈ ਕਿ ਜਿਹੜਾ ਮੁਲਕ ਨੂੰ ਚਲਾਉਣ ਵਾਲਾ ਪ੍ਰਧਾਨ ਮੰਤਰੀ ਹੋਵੇ ਜਾਂ ਉਹ ਚਲੋ ਪ੍ਰਧਾਨ ਮੰਤਰੀ ਦੇ ਨਾਲ ਪਾਰਲੀਮੈਂਟ ਵੀ ਹੁੰਦੀ ਹੈ ਹੋਰ ਮੈਂਬਰ ਹੁੰਦੇ ਆ ਪਰ ਫੇਰ ਵੀ ਜ਼ਿਆਦਾ ਜਿਹੜੀ ਚੱਲਦੀ ਆ ਉਹ ਪ੍ਰਧਾਨ ਮੰਤਰੀ ਦੀ ਚੱਲਦੀ ਆ ਜਾਂ ਉੱਥੇ ਦੇ ਪ੍ਰਧਾਨ ਦੀ ਰਾਸ਼ਟਰਪਤੀ ਦੀ ਚੱਲਦੀ ਜਿਦਾ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਦੀ ਜ਼ਿਆਦਾ ਜਿਹੜੀ ਉਹ ਅਧਿਕਾਰ ਹੈਗੇ ਆ ਤੇ ਕਿਸੇ ਮੁਲਕ ਦਾ ਰਾਜਾ ਵੀ ਹੋ ਸਕਦਾ ਕਿੰਗ ਜਿਹੜਾ ਆ ਤੇ ਜਾਂ ਉੱਥੇ ਦਾ ਡਿਕਟਰਟਰ ਵੀ ਹੋ ਸਕਦਾ ਕੋਈ ਵੀ ਹੋਵੇ ਦੇਖਣਾ ਕਿ ਉਹਦੇ ਨੈਤਿਕ ਕਾਨੂੰਨ ਕਿੰਨੇ ਕੁ ਚੰਗੇ ਆ ਤੇ ਉਹ ਆਪ ਕਾਨੂੰਨਾਂ ਨੂੰ ਨਾ ਮੰਨਦਾ ਜੇ ਉਹ ਕਾਨੂੰਨਾਂ ਨੂੰ ਆਪ ਨਹੀਂ ਮੰਨਦਾ ਆਪ ਉਹਨਾਂ ਤੇ ਪਾਲਣ ਨਹੀਂ ਕਰਦਾ ਤੇ ਲੋਕਾਂ ਨੇ ਵੀ ਨਹੀਂ ਕਰਨੀ ਉਹਦੇ ਅਫਸਰਾਂ ਨੇ ਵੀ ਨਹੀਂ ਕਰਨੀ ਫੌਜੀਆ ਨੇ ਵੀ ਨਹੀਂ ਕਰਨੀ ਉਹਦੇ ਜਿਹੜੇ ਹੋਰ ਅਫਸਰ ਆ ਮੁਲਕ ਚਲਾਉਣ ਵਾਲੇ ਉਹਨਾਂ ਨੇ ਵੀ ਨਹੀਂ ਕਰਨਾ ਤਾਂ ਉਹਦੀ ਜਿੱਤ ਕਦੇ ਹੋ ਨਹੀਂ ਸਕਦੀ ਮੈਂ ਤੇ ਛੋਟੀ ਜੀ ਮਿਸਾਲ ਇੱਕ ਦੇਣਾ ਕਿ ਚੀਨ ਦੇ ਵਿੱਚ ਇੱਕ ਰਾਜਾ ਸੀਗਾ ਆਇਤੋ 2000 ਸਾਲ ਪਹਿਲਾਂ ਤੇ ਉਹ ਕਿਸੇ ਪਾਸੇ ਜਾ ਰਿਹਾ ਸੀ ਤੇ ਉਹ ਕਹਿੰਦਾ ਸੀ ਕਿ ਜਿਹੜੇ ਅਸੂਲ ਆ ਉਹ ਮੌਲਕ ਦਾ ਚਾਹੇ ਉਹ ਪ੍ਰਧਾਨ ਹੋਵੇ ਰਾਜਾ ਹੋਵੇ ਜਿੰਨਾ ਚਿਰ ਆਪ ਨਹੀਂ ਮੰਨਦਾ ਤੇ ਉਹਦੇ ਲੋਕ ਜਿਹੜੇ ਆ ਉਹ ਕਦੇ ਵੀ ਸਿੱਧੇ ਕੰਮ ਨਹੀਂ ਕਰਨਗੇ ਤੇ ਉਹਨੇ ਕਿਹਾ ਸੀਗਾ ਕਿ ਜਿਹੜਾ ਕੋਈ ਗਲਤੀ ਕਰਦਾ ਤੇ ਉਹਨੂੰ ਸਜ਼ਾ ਦੋ ਕੋ ਤੁਹਾਨੂੰ ਪਤਾ ਆ ਕਿ ਰਾਜੇ ਮੋਦੀ ਸਜ਼ਾ ਦੇ ਦਿੰਦੇ ਸੀ ਤੇ ਉਹਨੇ ਜਾਂਦੇ ਨੇ ਆਪਣੀ ਘੋੜੀ ਜਿਹੜੀ ਆ ਉਹ ਥੋੜਾ ਚਿਰ ਖੁੱਲੀ ਛੱਡ ਦਿੱਤੀ ਤੇ ਘੋੜੀ ਉਹਦੀ ਕਿਸੇ ਆਮ ਜਿਹੜਾ ਕਿਸਾਨ ਸੀਗਾ ਗਰੀਬ ਵਿਚਾਰਾ ਉਹਦੇ ਪੱਛਲੀਆਂ ਮੱਕੀ ਜਿਹੜੀ ਆ ਉਹ ਖੇਤਾਂ 'ਚ ਵੜ ਗਈ ਤੇ ਉਹਨੂੰ ਮੱਕੀ ਦੇ ਟਾਣਡੇ ਥੋੜੇ ਜਿਹਾ ਪੰਨ ਦਿੱਤੇ। ਤੇ ਰਾਜਾ ਕਹਿੰਦਾ ਕਿ ਜਿਹਦੀ ਵੀ ਕੋੜੀ ਨੇ ਇਹ ਪੰਨਿਆਂ ਟਾਣਡੇ ਪੰਨੇ ਆ ਉਹ ਖਸੂਰਵਾਰ ਆ ਉਹਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਆ। ਹਾਲਾਂਕਿ ਉਹਨੂੰ ਪਤਾ ਸੀ ਕਿ ਕੋੜੀ ਮੇਰੀ ਆ। ਉਹ ਕਹਿੰਦਾ ਕਿ ਮੌਤ ਦੀ ਸਜ਼ਾ ਉਹਨੂੰ ਮਿਲਣੀ ਚਾਹੀਦੀ ਵੀ ਜਿਹਨੇ ਵੀ ਇਹ ਨੁਕਸਾਨ ਕੀਤਾ ਕਿ ਮੁਲਕ ਦਾ ਉਹਨੇ ਕਾਨੂੰਨ ਭੰਗ ਕੀਤਾ। ਤੇ ਉਹ ਕਹਿੰਦਾ ਕੋੜੀ ਕਿਉਂਕਿ ਮੇਰੀ ਆ। ਇਸ ਕਰਕੇ ਜਿਹੜੀ ਇਹ ਮੌਤ ਦੀ ਸਜ਼ਾ ਆ ਉਹ ਮੈਨੂੰ ਮਿਲਣੀ ਚਾਹੀਦੀ ਆ। ਮੇਰਾ ਸਿਰ ਵੜ ਦਿਓ। ਹੁਣ ਤੁਹਾਨੂੰ ਵੀ ਪਤਾ ਹੋਵੇ ਇੰਨਾ ਸੌਖਾ ਤਾਂ ਹੈ ਨਹੀਂ ਕਿ ਰਾਜੇ ਦਾ ਸਿਰ ਵਾੜ ਦੇਣ ਤੇ ਉਹ ਉਹਦੇ ਜਿਹੜੇ ਫੌਜੀ ਆ ਤੇ ਨਾਲ ਮੰਤਰੀ ਵਗੈਰਾ ਸੀਗੇ ਉਹਨਾਂ ਨੇ ਸਮਝਾਇਆ ਰਾਜੇ ਨੂੰ ਕਿ ਜੇ ਤੈਨੂੰ ਮਾਰ ਦਿੱਤਾ ਤਾਂ ਮੁਲਕ ਤਬਾਹ ਹੋ ਜਾਊਗਾ ਵੀ ਅਸੀਂ ਤੇਨੂੰ ਮੌਤ ਦੀ ਸਜ਼ਾ ਨਹੀਂ ਮਨਜ਼ੂਰ ਕਰਦੇ ਉਹ ਕਹਿੰਦਾ ਫੇ ਮੈਨੂੰ ਸਜ਼ਾ ਮਿਲਣੀ ਚਾਹੀਦੀ ਆ ਮਾੜੀ-ਮੋਟੀ ਤਾਂ ਜੇ ਨਹੀਂ ਮਿਲਦੀ ਤਾਂ ਮੈਂ ਲੋਕਾਂ ਨੂੰ ਕੀ ਕਹੂੰਗਾ ਕਿ ਲੋਕ ਮੇਰੇ ਆਖੇ ਲੱਗਣ ਜਾਂ ਚੰਗਾ ਕੰਮ ਕਰਨ ਤਾਂ ਫੇਰ ਇਤਿਹਾਸ ਕਹਿੰਦਾ ਆ ਕਿ ਉਹਨਾਂ ਨੇ ਉਹਦੇ ਸਿਰ ਤੇ ਤੁਹਾਨੂੰ ਪਤਾ ਸ਼ਾਇਦ ਪੁਰਾਣੀ ਫੋਟੋ ਵਗੈਰਾ ਦੇਖਿਆ ਹੁਣ ਕਿ ਜਿਹੜੇ ਚੀਨ ਦੇ ਵਿੱਚ ਹੁੰਦੇ ਸੀ ਉਹਨਾਂ ਨੇ ਸਿਰ ਤੇ ਵਾਲ ਰੱਖੇ ਹੁੰਦੇ ਸੀ ਲੰਮੇ ਤੇ ਰਵੜ ਜੀ ਪਾਈ ਹੁੰਦੀ ਸੀ ਤੇ ਉਹ ਉਹਨਾਂ ਦਾ ਇੱਕ ਕਿਸਮ ਦਾ ਸ਼ਾਨ ਦਾ ਪ੍ਰਤੀਕ ਹੁੰਦਾ ਸੀਗਾ ਕਿ ਜਿਹੜੇ ਜਾਪਾਨ ਦੇ ਵੀ ਸਾਮਰਾਇ ਵਾਰੀਅਰ ਜਿਹੜੇ ਜੋਧੇ ਹੁੰਦੇ ਸੀਗੇ ਤੇ ਉਹ ਜੇ ਉਹਨਾਂ ਦੇ ਵਾਲ ਕੱਟ ਦੇਣ ਤਾਂ ਉਹ ਹਾਰ ਦੀ ਨਿਸ਼ਾਨੀ ਸੀ ਕਿ ਇਦੋਂ ਵੱਡੀ ਬੇਇੱਜ਼ਤੀ ਕੋਈ ਨਹੀਂ ਤੇ ਰਾਜੇ ਦੇ ਫਿਰ ਉਹਨਾਂ ਨੇ ਕਹਿ ਕੇ ਵਾਲ ਕੱਟੇ ਕਿ ਚਲੋ ਇੰਨੀ ਸਜ਼ਾ ਦੇ ਦੋ ਕਿ ਵਾਲ ਕੱਟ ਦਿਓ ਮੈਂ ਦੱਸਣਾ ਚਾਹੁੰਨਾ ਕਿ ਜੇ ਕੰਪਨੀ ਦਾ ਵੀ ਹੋਵੇ ਕੋ ਕੰਪਨੀ ਆ ਸੀਈਓ ਆ ਮੈਨੇਜਰ ਆ ਮਾਲਕ ਆ ਜੋ ਆਪੇ ਰੂਲ ਨਹੀਂ ਮੰਨਦਾ ਪ੍ਰਵਾਹ ਨਹੀਂ ਕਰਦਾ ਟਾਈਮ ਤੇ ਨਹੀਂ ਆਉਂਦਾ ਖਿਆਲ ਹੀ ਨਹੀਂ ਕਰਦਾ ਤੇ ਜਿਹੜੇ ਉਹਦੇ ਕੰਮ ਕਰਨ ਵਾਲੇ ਆ ਉਹਨਾਂ ਨੇ ਵੀ ਚੰਗਾ ਕੰਮ ਸਿੱਧਾ ਕੋਈ ਵਧੀਆ ਜਿਹੜਾ ਟਾਈਮ ਮੁਤਾਬਕ ਜਾਂ ਉਸੂਲਾਂ ਨਾਲ ਨਹੀਂ ਕਰਨਾ ਤੇ ਇਦੋਂ ਕਹਾ ਕੋਈ ਜਿਹੜਾ ਤੋਂ ਜਰਨੈਲ ਆ ਇੱਕ ਮਤਲਬ ਹਮਲਾ ਕਰਨ ਵਾਲਾ ਤੇ ਦੂਜਾ ਉਹਨਾਂ ਦਾ ਵੀ ਆਸਤੀ ਵਿੱਚ ਦੇਖਣਾ ਚਾਹੀਦਾ ਤੁਲਨਾ ਕਰਕੇ ਕਿ ਕਿਹੜਾ ਜਿਹੜਾ ਜਰਨੈਲ ਆ ਉਹ ਜ਼ਿਆਦਾ ਪੜਿਆ ਲਿਖਿਆ ਕਿਹੜਾ ਸਿਆਣਾ ਆ ਕਿਹੜਾ ਫੈਸਲਾ ਵਧੀਆ ਕਰ ਸਕਦਾ ਤੇ ਨਾਲ ਉਦੋਂ ਗਹਾਂ ਜਿਹੜੇ ਆ ਸਵਰਗ ਤੇ ਆਪਾਂ ਗੱਲ ਕੀਤੀ ਸੀ ਧਰਤੀ ਦੀ ਮੌਸਮ ਦੀ ਜਾਂ ਧਰਤੀ ਖੁੱਲੀ ਆ ਜਾਂ ਧਰਤੀ ਉਥੋਂ ਤਾਂਗ ਆ ਜਾਂ ਪਹਾੜੀਆਂ ਜਾਂ ਕਿਦਾਂ ਉਹਦੇ ਤੇ ਵੀ ਨਿਰਪਰ ਕਰਦਾ ਕਿ ਉਥੇ ਕੀ ਆ ਇੱਕ ਪਾਸੇ ਉੱਚੇ ਜੇ ਪਹਾੜੀਆਂ ਹੈਗੀਆਂ ਤਾਂ ਉਹ ਦੁਸ਼ਮਣ ਨੂੰ ਲੁਕਣ ਲਈ ਵੀ ਥੋੜਾ ਜਿਹਾ ਸੌਖਾ ਉਹਨੂੰ ਮੈਦਾਨ ਦੇ ਵਿੱਚੋਂ ਦੁਸ਼ਮਣ ਦੀ ਫੌਜ ਜਿਹੜੀ ਆਉਂਦੀ ਆ ਉਹ ਵੀ ਸੌਖੀ ਥੋੜਾ ਜਿਹਾ ਪਤਾ ਲੱਗ ਜਾਂਦਾ ਕਿ ਕਿਹੜਾ ਆਉਂਦਾ ਉਹਨਾਂ ਦਾ ਵੀ ਆਸੀ ਇਹ ਦੇਖਣਾ ਚਾਹੀਦਾ ਕਿ ਕਿਹਨੂੰ ਫਾਇਦਾ ਤੇ ਕਿਹਨੂੰ ਘਾਟ ਆਇਆ ਤੇ ਬਾਕੀ ਜਿਹੜੀ ਫੌਜ ਆ ਉਹ ਵੀ ਦੇਖਣਾ ਚਾਹੀਦਾ ਮਜ਼ਬੂਤ ਕਿਹਦੀ ਆ ਮਜ਼ਬੂਤ ਦਾ ਮਤਲਬ ਇਹ ਨਹੀਂ ਕਿ ਫੌਜ ਇੱਕ ਕੋਲ 10000 ਆ ਤੇ ਦੂਜੇ ਕੋਲ 9000 ਆ ਹੁਣ ਜਿਹੜੀ 10000 ਫੌਜ ਆ ਉਹ ਫੌਜੀ ਇਹਦੇ ਬਿਮਾਰ ਹੋਣ ਕਦੇ ਪ੍ਰੇਡ ਉਹਨਾਂ ਨੇ ਕੀਤੀ ਨਾ ਹੋਵੇ ਨਿਸ਼ਾਨਾ ਕਿਸੇ ਨੂੰ ਲਾਉਣਾ ਨਹੀਂ ਆਉਂਦਾ ਉਹ ਵੀ ਦੇਖਣਾ ਚਾਹੀਦਾ ਕਿ ਫੌਜ ਮਜਬੂਤ ਕਿਹਦੀ ਆ ਉਹਨਾਂ ਕੋਲ ਅਸਲਾ ਜਾਂ ਕੋਈ ਆ ਪੁਰਾਣੇ ਟਾਈਮ ਦੇ ਵਿੱਚ ਕਿਰਪਾਨਾਂ ਵਧੀਆ ਕਿਹਦੇ ਕੋਲ ਆ ਤੀਰ ਕਮਾਨ ਕਿਹਦੇ ਕੋਲ ਵਧੀਆ ਆ ਸਿਖਲਾਈ ਕਿਹਦੇ ਕੋਲ ਵਧੀਆ ਆ ਕਿਨਾਂ ਦਾ ਦਮ ਕਿਨਾਂ ਦਾ ਵਧੀਆ ਆ ਸਿਹਤ ਕਿਹਦੀ ਆ ਰੂਲਾਂ ਦੇ ਕਿਹੋਂ ਪੱਕੇ ਸੂਲਾਂ ਤੇ ਕਿਹੜੇ ਚੱਲਦੇ ਆ ਉਹਨਾਂ ਦਾ ਵੀ ਆਸਤੀ ਵਿੱਚ ਹੀ ਤੁਹਾਨੂੰ ਸਾਨੂੰ ਜ਼ਰੂਰ ਆ ਦੇਖਣਾ ਚਾਹੀਦਾ ਕਿ ਕਿਹੜਾ ਪਾਸਾ ਆ ਵਧੀਆ ਲੱਗਦਾ ਤੇ ਬਾਕੀ ਇਦੋਂ ਗਾਹਾਂ ਦਾ ਹੈਗਾ ਜਿਹੜਾ ਕਿ ਕਿਹੜੇ ਪਾਸੇ अनुशासन शक्ति ਨਾਲ ਲਾਗੂ ਹੁੰਦਾ ਕਿ ਕਈ ਵਾਰ ਹੁੰਦਾ ਕਿ ਇੱਕ ਪਾਸਾ ਜਿਹੜਾ ਆ ਕਿ ਉਹ ਖੁੱਲੇ ਤੁਰੇ ਫਿਰਦੇ ਆ ਉਹਨਾਂ ਦੇ ਜਿਹੜੇ ਫੌਜੀ ਆਫਸਰ ਆ ਫੌਜੀ ਉਹਨਾਂ ਤੋਂ ਡਰਦੇ ਨਹੀਂ ਰਾਜਾ ਕੁਛ ਕਹਿੰਦਾ ਰਾਜੇ ਤੋਂ ਕੋਈ ਡਰਦਾ ਨਹੀਂ ਜਾਂ ਰਾਜਾ ਆਪੇ ਨਹੀਂ ਮੰਨਦਾ ਜੇ ਫੌਜੀ ਜਰਨੈਲ ਨਹੀਂ ਮੰਨਦੇ ਕਿ ਇਹ ਦੇਖਣਾ ਆ ਕਿ ਅਸੂਲਾਂ ਦੇ ਪੱਕੇ ਕਿਹੜੇ ਆ ਚਾਹੇ ਬਿਜ਼ਨਸ ਹੋਵੇ ਚਾਹੇ ਲੜਾਈ ਹੋਵੇ ਅਸੂਲਾਂ ਤੇ ਪੱਕੇ ਜਿਹੜੇ ਹੋਣ ਉਹਨਾਂ ਦਾ ਜਿੱਤਣ ਜਿਹੜਾ ਚਾਂਸ ਥੋੜਾ ਜਿਹਾ ਜ਼ਿਆਦਾ ਤੇ ਬਾਕੀ ਦੇ ਦੂਜੇ ਪਾਸੇ ਇਹ ਵੀ ਆ ਕਿ ਕਿਹੜੇ ਫੌਜੀ ਆ ਸਾਰੇ ਉਹਨਾਂ ਦੀ ਐਜੂਕੇਸ਼ਨ ਕਿੰਨੀ ਦੀ ਵਧੀਆ ਜਿਹਨਾਂ ਦੀ ਐਜੂਕੇਸ਼ਨ ਜਾਂ ਸਿੱਖਿਆ ਜਿਹੜੀ ਉਹ ਜਾਲਾ ਵਧੀਆ ਤੇ ਅਖੀਰ ਦੇ ਵਿੱਚ ਹੈਗਾ ਕਿ ਜਿਹੜੇ ਫੌਜੀ ਆ ਫੌਜ ਆਫਸਰ ਹੋਣ ਚਾਹ ਸਪਾਈ ਹੋਣ ਕਿ ਉਹਨਾਂ ਨੂੰ ਕਿੰਨੀ ਸਖਤੀ ਨਾਲ ਸਜ਼ਾ ਮਿਲਦੀ ਆ ਜੋ ਗਲਤੀ ਕਰਦੇ ਆ ਜਾਣ ਬੁੱਝ ਕੇ ਤੇ ਜੇ ਉਹ ਚੰਗਾ ਕੰਮ ਕਰਦੇ ਆ ਜਾਂ ਮੁਲਕ ਲਈ ਵਧੀਆ ਲੜਦੇ ਆ ਜ਼ਖਮੀ ਹੋ ਜਾਂਦੇ ਆ ਜਾਂ ਸ਼ਹੀਦ ਹੋ ਜਾਂਦੇ ਆ ਉਹਨਾਂ ਨੂੰ ਇਨਾਮ ਕਿੰਨਾ ਕੁ ਗਵਰਨਮੈਂਟ ਦਿੰਦੀ ਆ ਜੇ ਤਾਂ ਹੁਣ ਫੌਜੀਆਂ ਦੇ ਚਿੱਤ ਚ ਤੁਸੀਂ ਆਪ ਵੀ ਸੋਚਦਾ ਕਿ ਜੇ ਫੌਜੀਆਂ ਦੇ ਚਿੱਤ ਚ ਹੋਵੇ ਕਿ ਜੇ ਮੈਨੂੰ ਕੁਝ ਹੋ ਗਿਆ ਮੇਲਾ ਤਵਾ ਵੱਢ ਵੀ ਹੋ ਗਈ ਛੁੱਟ ਗਈ ਤਾਂ ਮੈਨੂੰ ਰੋਟੀ ਦਾ ਫਿਕਰ ਨਹੀਂ ਮੇਰੀ ਗਵਰਨਮੈਂਟ ਨੇ ਮੈਨੂੰ ਸਰਕਾਰ ਨੇ ਆਪੇ ਸੰਭ ਲੈਣਾ ਮੈਂ ਸ਼ਹੀਦ ਹੋ ਗਿਆ ਮੇਰੇ ਨਿਆਣੇ ਭੁੱਖੇ ਨਹੀਂ ਮਰਦੇ ਜਿਹੜੀ ਗਵਰਨਮੈਂਟ ਆ ਸਰਕਾਰ ਮੇਰਾ ਮੋਲਕ ਆ ਉਹਨਾਂ ਦੀ ਦੇਖਭਾਲ ਕਰੂਗੀ ਤੇ ਉਹਨੇ ਲੜਾਈ ਤੋਂ ਡਰਨਾ ਨਹੀਂ ਜਾਨ ਦੇਣ ਲਈ ਵੀ ਤਿਆਰ ਰਹਿਣਾ ਜੇ ਹੋਵੇ ਕਿ ਉਹਨੂੰ ਮੇਰੇ ਮੋਲਕ ਜੇ ਮੈਂ ਮਰ ਗਿਆ ਮੇਰੇ ਤਾਂ ਨਿਆਣੇ ਭੁੱਖੇ ਮਾਰਨੇ ਆ ਔਰ ਕਈ ਮੌਲਕਾਂ ਦਾ ਮਨਾਂ ਨਹੀਂ ਲੈਣਾ ਚਾਹਦਾ ਤੁਹਾਨੂੰ ਪਤਾ ਹੀ ਆ ਕਿ ਫੌਜੀਆ ਦੇ ਮਕਾਨਾਂ ਤੇ ਕੋਈ ਕਬਜ਼ਾ ਕਰ ਲੈਂਦਾ ਫੌਜੀਆ ਦੇ ਕਰਦਿਆਂ ਨੂੰ ਕੋਈ ਤੰਕਾ ਦਾ ਕੋਈ ਨੌਕਰੀ ਨਹੀਂ ਗਵਰਨਮੈਂਟ ਉਹਨਾਂ ਨੂੰ ਪੁੱਛਦੀ ਨਹੀਂ ਤੇ ਜਿਹੜੇ ਗਾਂਹ ਫੌਜੀ ਆ ਫਿਰ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਲੜਨ ਦੀ ਲੋੜ ਨਹੀਂ ਲੋਕ ਲੋਕ ਕੇ ਜਾਂ ਹੋਰ ਡਰ ਕੇ ਥੋੜਾ ਬਹੁਤਾ ਟਾਈਮ ਜਿਹੜਾ ਇਦਾਂ ਦਾ ਕੱਢ ਲਾਓ ਤੇ ਉਹਨਾਂ ਨੂੰ ਸਜ਼ਾ ਦਾ ਵੀ ਡਰ ਹੋਣਾ ਚਾਹੀਦਾ ਜੇ ਕਿ ਮੈਂ ਜਾਣ ਬੁੱਝ ਕੇ ਗਲਤੀ ਕੀਤੀ ਮੈਨੂੰ ਸਜ਼ਾ ਵੀ ਮਿਲਣੀ ਆ ਪਰ ਦੂਜੇ ਪਾਸੇ ਉਹਨਾਂ ਨੂੰ ਇਹ ਵੀ ਹੋਵੇ ਕਿ ਸਾਡੀ ਇੱਜ਼ਤ ਵੀ ਹੈਗੀ ਆ ਜੇ ਸਾਨੂੰ ਕੁਝ ਹੋ ਗਿਆ ਸਾਡਾ ਟੱਬਰ ਨਹੀਂ ਭੁੱਖਾ ਮਰਦਾ ਮੈਂ ਭੁੱਖਾ ਨਹੀਂ ਮਰਦਾ ਜੇ ਮੈਂ ਜ਼ਖਮੀ ਹੋ ਗਿਆ ਤੇ ਸਨਸੂ ਦਾ ਕਹਿਣਾ ਹੈ ਕਿ ਜਿਹੜੇ ਇਹ ਸੱਤੇ ਚੀਜ਼ਾਂ ਦੇਖਿਆ ਕਿ ਕਿਹਦੇ ਵਿੱਚ ਵਧੀਆ ਤੇ ਕਿਹਦੇ ਵਿੱਚ ਮਾੜੀਆਂ ਇਹ ਸਾਰਾ ਕੁਝ ਦੇਖ ਕੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਸਕਦਾ ਕਿ ਕਿਹੜੇ ਪਾਸੇ ਦੀ ਜਿੱਤ ਹੋਊਗੀ ਜੇ ਕਹਿੰਦਾ ਕੋਈ ਜਿਹੜਾ ਫੌਜੀ ਜਰਨੈਲ ਆ ਇਹ ਸਾਰੀਆਂ ਸੱਤੇ ਚੀਜ਼ਾਂ ਨੂੰ ਚੰਗੀ ਤਰ੍ਹਾਂ ਕੋਹ ਵਿਚਾਰ ਕਰਦਾ ਤੇ ਗਰੰਟੀ ਆ ਕਿ ਜ਼ਰੂਰੀ ਆ ਕਿ ਉਹਦੀ ਜਿੱਤ ਹੋਊਗੀ ਜਿਹੜਾ ਇਹਨਾਂ ਚੀਜ਼ਾਂ ਬਾਰੇ ਖਿਆਲ ਨਹੀਂ ਕਰਦਾ ਪੂਰਾ ਨਹੀਂ ਮੰਨਦਾ ਪੱਕਾ ਆ ਕਿ ਉਹਦੀ ਹਾਰ ਹੋਊਗੀ ਕਹਿੰਦਾ ਜਿਹੜਾ ਇਹ ਜਰਨਲ ਮੰਨਦਾ ਆ ਉਹਨੂੰ ਕੰਮ ਤੇ ਰੱਖ ਲਓ ਜੇ ਰੱਖਿਆ ਆ ਉਹਨੂੰ ਕੱਢੋ ਨਾ ਪਤਾ ਆ ਕਿ ਇਹ ਚੰਗਾ ਜਿਹੜਾ ਕਹਿੰਦਾ ਮੇਰੀ ਗੱਲ ਨਹੀਂ ਮੰਨਦਾ ਇਹਨਾਂ ਤੇ ਅਸੂਲਾਂ ਤੇ ਨਹੀਂ ਚੱਲਦਾ ਉਹਦੀ ਹਾਰ ਵੀ ਹੋਣੀ ਆ ਉਹਨੂੰ ਹੁਣੇ ਕੱਢ ਦਿਓ ਕੰਮ ਤੇ ਰੱਖਣ ਦੀ ਉਹਨੂੰ ਲੋੜ ਨਹੀਂ ਤੇ ਆਪਾਂ ਜੇ ਇਹ ਬਿਜ਼ਨਸ ਵਿੱਚ ਵੀ ਦੇਖੀਏ ਚਾਹੇ ਉਹ ਫੈਕਟਰੀ ਹੋਵੇ ਚਾਹੇ ਸ਼ਾਪ ਹੋਵੇ ਕਿ ਜਿਹੜਾ ਡਿਸਪਲਿਨ ਤੇ ਸਾਰਾ ਸਟਾਫ ਜੋ ਸੱਤੇ ਚੀਜ਼ਾਂ ਆਪਾਂ ਤੁਹਾਡੇ ਨਾਲ ਗੱਲਬਾਤ ਕੀਤੀ ਆ ਜੇ ਉਹਨਾਂ ਨੂੰ ਨਹੀਂ ਮੰਨਦਾ ਤੇ ਉਹ ਬਿਜ਼ਨਸ ਵੀ ਜਿਹੜੀ ਆ ਕਦੇ ਸਿਰੇ ਨਹੀਂ ਚੜ ਸਕਦੀ ਇਸ ਦੇ ਨਾਲ ਨਾਲ ਸਾਨੂੰ ਦਾ ਇਹ ਵੀ ਕਹਿਣਾ ਹੈ ਕਿ ਜੇ ਤੁਸੀਂ ਸਾਰਾ ਕੁਝ ਕਰਦੇ ਆ ਤੁਹਾਡੀ ਜਿੱਤ ਜਿਹੜੀ ਆ ਉਹ ਜ਼ਰੂਰੀ ਆ ਇਹਦਾ ਫਾਇਦਾ ਲੈਣਾ ਵੀ ਤੁਹਾਡਾ ਇਹ ਡਿਊਟੀ ਆ ਕਿਸਮ ਦਾ ਬਣ ਜਾਂਦੀ ਕਿ ਬਾਕੀ ਕਈ ਚੀਜ਼ਾਂ ਉਹਦਾ ਇਹ ਵੀ ਕਹਿਣਾ ਕਿ ਜਿਹੜੇ ਕਈ ਚੀਜ਼ਾਂ ਆ ਉਹਨਾਂ ਨੂੰ ਆਪਾਂ ਪਹਿਲਾਂ ਹੀ ਡਿਸਕਸ ਨਹੀਂ ਕਰ ਸਕਦੇ ਜਿਸ ਤਰ੍ਹਾਂ ਜੇ ਆਪਾਂ ਪੋਜ ਲੈ ਕੇ ਜਾਣੇ ਆ ਜਾਂ ਕੋਈ ਬਿਜ਼ਨਸ ਆ ਕੋਈ ਸਮਾਨ ਡਿਲੀਵਰ ਕਰਨਾ ਕਿਸੇ ਤਰ੍ਹਾਂ ਦਾ ਵੀ ਲੈ ਕੇ ਜਾਣਾ ਮੌਸਮ ਕਹਿੰਦਾ ਕਿ ਮੀਂਹ ਦਾ ਬਹੁਤਾ ਕੋਈ ਖਾਸ ਚਾਂਸ ਨਹੀਂ ਪਰ ਮੀਂਹ ਆ ਗਿਆ ਪੁਲ ਟੁੱਟ ਗਿਆ ਸੜਕਾਂ ਖਰਾਬ ਹੋ ਗਈਆਂ ਜਾਂ ਸਮਾਨ ਗਿੱਲਾ ਹੋ ਗਿਆ ਉਹਦੇ ਲਈ ਤੁਸੀਂ ਜਿਹੜਾ ਇੱਕਦਮ ਫੈਸਲਾ ਕਰਨਾ ਆ ਉਹ ਵੀ ਤੁਹਾਨੂੰ ਸੋਚਣਾ ਪੈਣਾ ਕਿ ਇਹ ਅਸੀਂ ਜਿਹੜੀ ਹਾਲਤ ਬਣੀ ਆ ਜਿਹਨੂੰ ਅਸੀਂ ਪਹਿਲਾਂ ਤੋਂ ਨਹੀਂ ਜਾਣਦੇ ਉਹਨੂੰ ਅਸੀਂ ਕਿਸ ਤਰ੍ਹਾਂ ਉਹਦਾ ਸਾਰਾ ਕੁਝ ਜਿਹੜੀ ਕਾਰਵਾਈ ਆ ਉਹ ਆਪਾਂ ਕਰ ਸਕਦੇ ਆ ਮੈਂ ਤੁਹਾਨੂੰ ਮਿਸਾਲ ਦਿੰਨਾ ਕਿ ਤੁਸੀਂ ਸ਼ਾਇਦ ਸੁਣਿਆ ਹੋਵੇ ਆਪਾਂ ਪਿਛਲੇ ਅ ਸੈਗਮੈਂਟ ਦੇ ਵਿੱਚ ਗੱਲ ਕੀਤੀ ਸੀ ਰਸ਼ੀਆ ਤੇ ਜਦੋਂ ਰੂਸ ਤੇ ਹਮਲਾ ਕੀਤਾ ਨਪੋਲੀਅਨ ਬੋਨਾਪਾਰਟ ਜਿਹੜਾ ਫਰਾਂਸ ਦਾ ਸੀਗਾ ਸਮਰਾਟ ਸਮਝ ਲਓ ਜਾਂ ਐਮਪੀਰਰ ਤੇ ਉਹਨੇ 1815 ਦੇ ਵਿੱਚ 1815 ਕਾਫੀ ਚੇਰ ਹੋ ਗਿਆ 1815 ਦੇ ਵਿੱਚ ਯੂਕੇ ਤੇ ਯੂਨਾਈਟਿਡ ਕਿੰਗਡਮ ਅੰਗਲੈਂਡ ਤੇ ਹਮਲਾ ਕਰ ਦਿੱਤਾ ਸੀ ਫਰਾਂਸ ਤੋਂ ਤੇ ਜਿਹੜਾ ਨੇ ਅੰਗਰੇਜ਼ੀ ਦੇ ਪੋਇਟਰੀ ਜਾਂ ਕਲਾਸਾਂ ਲਾਈਆਂ ਬੀਏ ਦੇ ਵਿੱਚ ਇੱਕ ਆਉਂਦੀ ਹੁੰਦੀ ਸੀ ਕਹਾਤਾ ਜਾਂ ਸਟੋਰੀ ਸਮਝ ਲਓ ਈਵ ਆਫ ਵਾਟਰਲੂ ਵਾਟਰਲੂ ਉਥੇ ਏਰੀਆ ਦਾ ਨਾਮ ਸੀ ਕਿ ਵਾਟਰਲੂ ਦੀਆਂ ਤਕਾਲਾਂ ਜਾਂ ਸ਼ਾਮ ਕਿ ਤਕਾਲਾਂ ਨੂੰ ਸ਼ਾਮ ਨੂੰ ਹਮਲਾ ਜੋ ਇਸ ਟਾਈਮ ਤੇ ਇਹ ਜਿਹੜੇ ਅੰਗਰੇਜ਼ ਸੀਗੇ ਉਹ ਆਪਣੇ ਯੂਕੇ ਦੇ ਉਹ ਆਪਣਾ ਆਨੰਦ ਕਰ ਰਹੇ ਸੀ ਤੇ ਲੜਾਈ ਦਾ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਕਿ ਇਹ ਵੇ ਹਮਲਾ ਜੜਾਇਆ ਹੋ ਹੋ ਜਾਣਾ ਆ ਤੇ ਉਸ ਟਾਈਮ ਤੇ ਖਬਰ ਦਿੱਤੀ ਆ ਕੇ ਸੂਈਏ ਨੇ ਸਮਝ ਲਓ ਜਾਂ ਫੌਜੀਆ ਨੇ ਆਪਣੇ ਜਨਰਲ ਕਮਾਂਡਰ ਨੂੰ ਕਿ ਸਾਨੂੰ ਲੱਗਦਾ ਨਪੋਲੀਅਨ ਬੋਨਾਪਾਰਟ ਨੇ ਜਿਹੜਾ ਉਹ ਹਮਲਾ ਕਰ ਦਿੱਤਾ ਤੇ ਇਕਦਮ ਹਫੜਾ ਦਫੜੀ ਮਚ ਗਈ ਤੇ ਉਹਨਾਂ ਨੇ ਫੌਜ ਨੂੰ ਇਕਦਮ ਹੁਕਮ ਦੇ ਦਿੱਤਾ ਤੇ ਜਦੋਂ ਫੌਜ ਆਹਮਣੂ ਸਾਹਮਣੇ ਹੋਈਆਂ ਤੇ ਲੜਾਈ ਜਿਹੜੀ ਲੱਗੀ ਸੀਗੀ ਉਹ ਕਈ ਦਿਨ ਚੱਲਦੀ ਰਹੀ ਤੇ ਤਕਾਲਾ ਨੂੰ ਇੱਕ ਦਿਨ ਈਵਨਿੰਗ ਟਾਈਮ ਤੇ ਜਿਹੜਾ ਫੌਜਾਂ ਦਾ ਕਮਾਂਡਰ ਸੀਗਾ ਮੇਨ ਉਹਦਾ ਨਾਮ ਸੀਗਾ ਡਿਊਕ ਆਫ ਵੈਲਿੰਗਟਨ ਪਰ ਜਿਹੜਾ ਉਹਦੋਂ ਅਗਲਾ ਫੌਜਾਂ ਦਾ ਜਰਨੈਲ ਸੀਗਾ ਉਹਨੇ ਤਕਾਲਾ ਨੂੰ ਸ਼ਾਮ ਨੂੰ ਆ ਕੇ ਪੁੱਛਿਆ ਕਿਉਂਕਿ ਕਈ ਵਾਰ ਇਦਾਂ ਹੁੰਦਾ ਸੀਗਾ ਪੁਰਾਣੇ ਟਾਈਮ ਦੇ ਵਿੱਚ ਕਿ ਤਕਾਲਾ ਨੂੰ ਲੜਾਈ ਬੰਦ ਹੋ ਜਾਂਦੀ ਸੀ ਸਵੇਰ ਨੂੰ ਫੇਰ ਹਮਲਾ ਕਰਨਾ ਤੇ ਉਹਨੇ ਆ ਕੇ ਵੈਲਿੰਗਟਨ ਨੂੰ ਪੁੱਛਿਆ ਕਿ ਸਵੇਰ ਨੂੰ ਜੇ ਮੈਂ ਫੌਜਾਂ ਦੀ ਅਗਵਾਈ ਕੀਤੀ ਜਨਰਲ ਨੇ ਕਿਹਾ ਕਿ ਆਪਣਾ ਕੀ ਪਲਾਨ ਆ ਕੀ ਆਪਾਂ ਕਰਨਾ ਤੇ ਉਹ ਕਹਿੰਦਾ ਵੈਲਿੰਗਟਨ ਉਹਨੂੰ ਕਹਿੰਦਾ ਕਿ ਤੂੰ ਮੈਨੂੰ ਇਦਾਂ ਦੱਸ ਕੇ ਤੈਨੂੰ ਕੀ ਲੱਗਦਾ ਕਿ ਹਮਲਾ ਪਹਿਲਾਂ ਕੌਣ ਕਰੂ ਉਹ ਕਹਿੰਦਾ ਹਮਲਾ ਤਾਂ ਨਪੋਲੀਅਨ ਬੋਨਾਪਾਰਟ ਨੇ ਮੇਰੇ ਖਿਆਲ ਤੋਂ ਪਹਿਲਾਂ ਕਰਨਾ ਤੇ ਵੈਲਿੰਗਟਨ ਉਹਨੂੰ ਕਹਿੰਦਾ ਕਿ ਮੈਨੂੰ ਨਪੋਲੀਅਨ ਨੇ ਦੱਸਿਆ ਨਹੀਂ ਕਿ ਮੈਂ ਕਿਧਰੋਂ ਹਮਲਾ ਤਾਂ ਕਿੱਦਾਂ ਕਰਨਾ ਤਾਂ ਕਿਹੜੀ ਸਕੀਮ ਨਾ ਕਰਨਾ ਤੇ ਉਹਨੇ ਕਿਹਾ ਤਾਂ ਇੱਕ ਕਿਸਮ ਦਾ ਜਿਹਦਾ ਮਖੌਲ ਹੁੰਦਾ ਕਿ ਮੈਨੂੰ ਉਹ ਦੱਸ ਕੇ ਗਿਆ ਕਿ ਕਿਹੜਾ ਕਿਧਰੋਂ ਹਮਲਾ ਉਹਨੇ ਕਰਨਾ ਤੇ ਜਨਰਲ ਕਹਿੰਦਾ ਵੀ ਹਾਂ ਇਸ ਗੱਲ ਤਾਂ ਤਾਂ ਪਤਾ ਨਹੀਂ ਉਹ ਕਹਿੰਦਾ ਜੇ ਮੈਨੂੰ ਪਤਾ ਨਹੀਂ ਤੇ ਮੈਂ ਹੁਣ ਤੈਨੂੰ ਸਲਾਹ ਕੀ ਦਵਾਂ ਇਸ ਗੱਲ ਨਾਲ ਮੈਂ ਇਹ ਸਟੋਰੀ ਇਸ ਕਰਕੇ ਤੁਹਾਨੂੰ ਦੱਸੀ ਆ ਕਿ ਤੁਹਾਨੂੰ ਕਈ ਵਾਰੀ ਸਾਰਾ ਕੁਝ ਪਤਾ ਹੁੰਦੇ ਹੋਏ ਵੀ ਜਦੋਂ ਹਾਲਤ ਉਹਦਾਂ ਦੇ ਹੁੰਦੇ ਆ ਹੁਣ ਸਵੇਰ ਨੂੰ ਕਿਧਰੋਂ ਨਪੋਲੀਅਨ ਹਮਲਾ ਕਰਦਾ ਕਿੱਦਾਂ ਹੋਣਾ ਤੁਹਾਨੂੰ ਸਾਰੀ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਆ ਤੁਹਾਡੀ ਇਹ ਜਿਹੜੀ ਚੰਗਾ ਜਿਹੜਾ ਜਨਰਲ ਹੋ ਆ ਉਹਨੂੰ ਪਤਾ ਹੋਣਾ ਚਾਹੀਦਾ ਕਿ ਜੇ ਇਦਰੋਂ ਕੀਤਾ ਤਾਂ ਮੈਂ ਐਦਾਂ ਕਰ ਨਹੀਂ ਜੇ ਆ ਆਇਆ ਤਾਂ ਆ ਆਇਆ ਸਿਚੁਏਸ਼ਨ ਜਿਹੜੀ ਆ ਉਹ ਸਮੇ ਸਮੇ ਟਾਈਮ ਦੇ ਮੁਤਾਬਕ ਵੀ ਆਪਣੀ ਜਿਹੜੀ ਅਕਲ ਦੇ ਨਾਲ ਉਹ ਬਦਲਨੀ ਪੈਂਦੀ ਆ ਬਿਜ਼ਨਸ ਦੇ ਵਿੱਚ ਵੀ ਇਦਾਂ ਹੋ ਸਕਦਾ ਕਿ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਦੂਜੇ ਪਾਸਿਓ ਸਾਨੂੰ ਆ ਕੱਚਾ ਮਾਲ ਕਦੋਂ ਮਿਲੇ ਜਾਂ ਨਾ ਮਿਲੇ ਜਾਂ ਹੋਰ ਕੋਈ ਬੰਦਾ ਮੁਕਾਬਲੇ ਤੇ ਆ ਜਾਵੇ ਜਦੋਂ ਵਾਟਰਲੂ ਦੀ ਲੜਾਈ ਹੋਈ ਵੀ ਆ ਤਾਂ ਉਸ ਟਾਈਮ ਤੇ ਵੀ ਲੱਗਦਾ ਸੀਗਾ ਕਿ ਨਪੋਲੀਅਨ ਨੇ ਲੜਾਈ ਜਿਹੜੀ ਜਿੱਤ ਜਾਣੀ ਆ ਪਰ ਜਦੋਂ ਯੂਕੇ ਦੀਆਂ ਜਿਹੜੀਆਂ ਇੰਗਲੈਂਡ ਆਪਾਂ ਕਹਦੇ ਨੇ ਪਰ ਯੂਨਾਈਟਿਡ ਕਿੰਗਡਮ ਦੀਆਂ ਫੌਜਾਂ ਲੜ ਰਹੀਆਂ ਰਹੀਆਂ ਸੀਗੀਆਂ ਤੇ ਦੂਜੇ ਪਾਸਿਓਂ ਪ੍ਰੂਸ਼ੀਆ ਇੱਕ ਪ੍ਰੂਸ਼ੀਆ ਮੁਲਕ ਸੀਗਾ ਜਰਮਨੀ ਦਾ ਹਿੱਸਾ ਹੁੰਦਾ ਸੀ ਜਿਹੜਾ ਤਕਰੀਬਨ 1915-1918 ਦੇ ਵਿੱਚ ਮੇਰੇ ਖਿਆਲ 'ਚ ਖਤਮ ਹੋ ਗਿਆ ਉਹ ਕਈ ਲੋਕ ਉਹਨੂੰ ਪਰਸ਼ੀਆ ਸਮਝਦੇ ਪਰ ਪ੍ਰੂਸ਼ੀਆ ਸੀਗਾ ਉਹਨਾਂ ਨੇ ਪਿਛਲੇ ਪਾਸਿਓਂ ਹਮਲਾ ਕਰ ਦਿੱਤਾ ਫਰਾਂਸ ਤੇ ਤੇ ਉਹਦੇ ਵਿੱਚ ਉਹਦੀ ਜਿਹੜੀ ਆ ਆਰ ਹੋਈ ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ ਸੀਗਾ ਕਿ ਮੈਂ ਇਹਨੂੰ ਥੋੜਾ ਬਹੁਤ ਮਸਾਲਾ ਦੇ ਨਾਲ ਆਪਣੀ ਰਿਸਰਚ ਜਿੰਨੀ ਕੁ ਵੀ ਮੇਥੋਂ ਹੋ ਸਕਦੀ ਹੈ ਖੋਜ ਕਰਕੇ ਤੁਹਾਨੂੰ ਵੱਧ ਤੋਂ ਵੱਧ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਤੇ ਮੇਰੇ ਖਿਆਲ ਦੇ ਵਿੱਚ ਆਪਣਾ ਇਹ ਸੈਗਮੈਂਟ ਕਾਫੀ ਜਿਹੜਾ ਲੰਮਾ ਹੋ ਜਾਣਾ ਤੇ ਇਹ ਦੋ ਗਾਂਵਾਂ ਦਾ ਜਿਹੜਾ ਸੈਗਮੈਂਟ ਆ ਉਹ ਤੁਸੀਂ ਦੇਖਣਾ ਨਹੀਂ ਭੁੱਲਣਾ ਤੇ ਮੈਂ ਉਮੀਦ ਕਰਦਾ ਕਿ ਆਹ ਸੈਗਮੈਂਟ ਜਿਹੜਾ ਤੁਸੀਂ ਉਹ ਪਸੰਦ ਕੀਤਾ ਹੋਊਗਾ ਅਗਲਾ ਸੈਗਮੈਂਟ ਜਿਹੜਾ ਆ ਉਹ ਮੈਂ ਤਿੰਨਾਂ ਚੌਂ ਦੇਣਾ ਤਾਈ ਬਣਾ ਕੇ ਤੁਹਾਡੇ ਲਈ ਲੈ ਕੇ ਆਵਾਂਗਾ ਤੇ ਹੁਣ ਤੁਸੀਂ ਮੈਨੂੰ ਆ ਗਿਆ ਦਿਓ ਜਿੰਦੇ ਵਾਸਤੇ ਰਹੋ ਰਬ ਰਾਖਾ